ਮੈਟਰੋ ਇੱਕ ਹੋਰ ਬਹੁਤ ਗੰਭੀਰ ਖਬਰ ਆ ਰਹੀ ਹੈ ਜਿਹਦੇ ਬਾਰੇ ਸਾਨੂੰ ਬਹੁਤ ਗਹਿਰਾਈ ਦੇ ਨਾਲ ਸੋਚਣ ਦੀ ਲੋੜ ਹੈ ਕਿਉਂਕਿ ਜਿਹੜੇ ਵਿਸ਼ਿਆਂ ਦੇ ਉੱਤੇ ਅਸੀਂ ਅਕਸ਼ਰ ਬੋਲਦੇ ਰਹਿੰਨੇ ਆ ਕਿ ਪੰਜਾਬ ਦਾ ਜਿਹੜਾ ਕਲਚਰ ਹੈ ਬਹੁਤ ਅਮੀਰ ਆ ਤੇ ਉਹਨੂੰ ਅੱਜ ਵਿਦੇਸ਼ ਜਾਣ ਦੇ ਨਾਂ ਦੇ ਉੱਤੇ ਬਹੁਤ ਗिराया ਜਾ ਚੁੱਕਿਆ ਔਰ ਬਹੁਤ ਗਿਰੇ ਤੇ ਕਣੌਣੀਆਂ ਹਰਕਤਾਂ ਪੰਜਾਬੀ ਕਰਦੇ ਪਏ ਆ ਜਿਵੇਂ ਕਿ ਮੇਰੇ ਕੋਲ ਇੱਕ ਕਿਸੇ ਭਰਾ ਨੇ ਸਾਡੇ ਨੇ ਖਬਰ ਭੇਜੀ ਆਗੀ ਜਿਹਦੇ ਵਿੱਚ ਪਿਓ ਪੁੱਤ ਸਾਧੂ ਬਣੇ ਨੇ ਬਹੁਤ ਮਾੜੀ ਗੱਲ ਐ ਬਹੁਤ ਘਟੀਆ ਗੱਲ ਆ ਤੇ ਬਹੁਤ ਕਮੀਨਗੀ ਭਰਿਆ ਕੰਮ ਐ ਇਹ ਸੋ ਇੰਨੀ ਮਾਨਸਿਕਤਾ ਨਹੀਂ ਗਿਰਨੀ ਚਾਹੀਦੀ ਕਿਉਂਕਿ ਚਾਨ ਰੁਪਈਆਂ ਦੇ ਵਾਸਤੇ ਵਿਦੇਸ਼ਾਂ ਦੀ ਮौज-ਮਸਤੀ ਵਾਲੀ ਲਾਈਫ ਵਾਸਤੇ ਰੁਪਈਆਂ ਵਾਸਤੇ ਇੰਨਾ ਵੀ ਨਹੀਂ ਗਿਰਨਾ ਚਾਹੀਦਾ ਕਿਉਂਕਿ ਸਾਡਾ ਪੰਜਾਬੀਆਂ ਦਾ ਕਿਰਦਾਰ ਆ ਜਿਹੜਾ ਉਹ ਦੁਨੀਆ ਉਹਦੀ ਮਿਸਾਲ ਦਿੰਦੀ ਆ ਸਾਡਾ ਕਰਦਾਰ ਬਹੁਤ ਉੱਚਾ ਐਵੇਂ ਹੀ ਸਾਨੂੰ ਸਰਦਾਰ ਕਹਿੰਦੇ ਸਹੁਰੇ ਨਾਲ ਵਿਆਹ ਕੇ ਭੈੜ ਪਹੁੰਚਾਈ ਕਨੇਡਾ ਸੋ ਖਬਰ ਆ ਰਹੀ ਆ ਮੇਰੇ ਕੋਲੇ ਕਿਸੇ ਭਰਾ ਨੇ ਭੇਜੀ ਸੀਗੀ ਸੋ ਪਿਓ ਪੁੱਤ ਸਾਧੂ ਬਣੇ ਯਾਰ ਕਿੱਧਰ ਨੂੰ ਸਾਡੇ ਰਿਸ਼ਤੇ ਜਾ ਰਹੇ ਨੇ ਪੰਜਾਬੀਓ ਅਸੀਂ ਕਿੱਧਰ ਨੂੰ ਜਾ ਰਿਆਂ ਵਿਚਾਰੋ ਇੰਨਾ ਵੀ ਮਾਇਆ ਦੇ ਮਗਰ ਨਾ ਚੱਲੋ ਇੰਨਾ ਵੀ ਐਸ ਪ੍ਰਸਤੀ ਦੇ ਮਗਰ ਨਾ ਚੱਲੋ ਇੰਨਾ ਵੀ ਸਬਰ ਸੰਤੋਖ ਨਾ ਗੇਰੋ ਕਿਉਂਕਿ ਅਸੀਂ ਪੰਜਾਬ ਦੀ ਧਰਤੀ ਦੇ ਜੰਮ ਪਾਲਾ ਅਸੀਂ ਕੀ ਕਹਾਗੇ ਕਿਸੇ ਨੂੰ ਇੰਨੀ ਇੰਨੀ ਮਾਨਸਿਕਤਾ ਨਾ ਗੇਰੋ ਇੰਨੇ ਨੀਚਲੇ ਲੈਵਲ ਤੇ ਨਾ ਆਵੋ ਪੰਜਾਬੀਓ ਜੇ ਜਾਣਾ ਤਾਂ ਆਪਣੇ ਦਮ ਦੇ ਉੱਤੇ ਜਾਓ ਅਹਰ ਜੇ ਘਟੀਆਂ ਕਰਤੂਤਾਂ ਕਰਕੇ ਪੂਰੇ ਪੰਜਾਬ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਬਦਨਾਮ ਨਾ ਕਰੋ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਨੂੰ